ਕੇਂਦਰ ਤੇ ਪੰਜਾਬ ਸਰਕਾਰ ਦਾ ਬੇੜਾ ਹੀ ਗਰਕ, ਕਿਸਾਨਾਂ ਦੇ ਟੈਕਸ ਲਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕਿਸਾਨਾਂ ਪ੍ਰਤੀ ਗਲਤ ਨੀਤੀਆਂ ਦੇ ਖਿਲਾਫ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਦਾਤਾਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਦੀ ਅਗਵਾਈ ਹੇਠ ਕੀਰਤੀ ਕਿਸਾਨਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਕਣਕ ਦੇ ਰੇਟਾਂ ਵਿੱਚ ਨਾ ਮਾਤਰ ਵਾਧਾ ਕਰਕੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ, ਜਿਸ ਨਾਲ ਕਿਸਾਨਾਂ ਨੂੰ ਕੋਈ ਵੱਡਾ ਫਰਕ ਨਹੀਂ ਪੈਣਾ। ਦੂਜਾ, ਸੂਬਾ ਸਰਕਾਰ ਨੇ 2 ਲੱਖ ਦੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੇ ਜੋ ਹੁਕਮ ਦਿੱਤੇ ਹਨ, ਉਸ ਨਾਲ ਕਿਸਾਨਾਂ ਨੂੰ ਕੋਈ ਵੱਡਾ ਲਾਭ ਨਹੀਂ ਮਿਲਣਾ, ਜਿਸ ਕਾਰਨ ਕਿਸਾਨ ਉਸੇ ਤਰ੍ਹਾਂ ਕਰਜ਼ਾਈ ਹੀ ਰਹਿਣਗੇ। ਉਹਨਾਂ ਨੇ ਕਿਹਾ ਕਿ ਸਾਡੀ 27 ਅਕਤੂਬਰ ਨੂੰ ਮੋਗੇ 'ਚ ਇੱਕ ਵੱਡੀ ਮੀਟਿੰਗ ਹੋਵੇਗੀ, ਜਿਸ 10 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਬਾਰੇ ਵਿਚਾਰਾਂ ਅਤੇ ਅਹਿਮ ਫੈਸਲੇ ਲਏ ਜਾਣਗੇ। ਅੱਜ ਜਿਹੜਾ ਕੇਂਦਰ ਨੇ ਕਣਕ ਦਾ 110 ਰੁਪਏ ਕੇਵਲ ਭਾਅ ਵਧਾ ਕੇ 1735 ਰੁਪਏ ਕੁਇੰਟਲ ਕੀਤੀ ਹੈ, ਤਾਂ ਸਾਡੀ ਜਥੇਬੰਦੀ ਸਮਝਦੀ ਹੈ ਕਿਸਾਨਾਂ ਨਾਲ ਕੁਝਾ ਮਜ਼ਾਕ ਹੈ, ਅਤੇ 1735 ਰੁਪਏ ਦੇ ਕੇ ਤਾਂ ਇਹ ਕਿਸਾਨਾਂ ਨਾਲ ਕੁਝਾ ਮਜ਼ਾਕ ਕੀਤਾ ਗਿਆ। ਇਹਦੇ ਨਾਲ ਖੇਤੀਬਾੜੀ 'ਚ ਹੋਰ ਘਾਟਾ ਪਊਗਾ ਅਤੇ ਕਿਸਾਨ ਹੋਰ ਕਰਜ਼ੇ ਥੱਲੇ ਆਉਣਗੇ ਅਤੇ ਹੋਰ ਜਿਹੜੀਆਂ ਖੁਦਕੁਸ਼ੀਆਂ ਵਧਣਗੀਆਂ। ਤਾਂ ਸਾਡੀ ਜਥੇਬੰਦੀ ਨੇ ਇਹਦੀ ਨਿੰਦਾ ਕਰਦਿਆਂ ਹੋਇਆ ਮੋਦੀ ਦੀਆਂ ਨੀਤੀਆਂ ਦੀ ਵੀ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਵੀ ਉਹਨਾਂ ਦਾ ਪੁਤਲਾ ਫੂਕਿਆ। ਇਹ ਤਾਂ 27 ਤਰੀਕ ਨੂੰ ਜਿਹੜੀ ਹੋਣ ਵਾਲੀ ਆ ਸਾਂਝੀਆਂ ਜਥੇਬੰਦੀਆਂ ਦੀ ਮੀਟਿੰਗ, ਉਹਦੇ ਵਿੱਚ ਅਗਲੇ ਅੰਦੋਲਨ ਦਾ ਫੈਸਲਾ ਲਿਆ ਜਾਊਗਾ। ਮੁੱਖ ਮੰਤਰੀ ਨਾਲ 10 ਨਵੰਬਰ ਨੂੰ ਜਿਹੜੀ ਮੀਟਿੰਗ ਆ ਉਹਦੇ ਵਿੱਚ ਕਿਸਾਨਾਂ ਦੇ ਸਾਰੇ ਮਸਲੇ ਜਿਹੜੇ ਆ ਉਠਾਏ ਜਾਣਗੇ।